ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ ਖਬਰਾਂ ਦੇ ਤਾਜ਼ਾ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਇਸ ਬੁਲੇਟਨ ਦੇ ਵਿੱਚ ਗੱਲ ਕਰਾਂਗੇ ਅੱਜ ਦੀਆਂ ਖਾਸ ਹੈੱਡਲਾਈਨਸ ਦੇ ਬਾਰੇ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਨਿਕਲੀ ਬੰਪਰ ਭਰਤੀ 1700 ਤੋਂ ਵੱਧ ਭਰੀਆਂ ਜਾਣਗੀਆਂ ਅਸਾਮੀਆਂ ਮੁੱਖ ਮੰਤਰੀ ਦੀ ਕੋਠੀ ਅੱਗੇ ਅਧਿਆਪਕਾਂ ਉੱਤੇ लाठी चार्ज ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਅਤੇ ਸਿੰਧੀ ਸਮਾਜ ਚ ਪਾੜਾ ਪਾਉਣ ਵਾਲੀਆਂ ਖਿਲਾਫ ਕਾਰਵਾਈ ਰੋਕਣ ਦੀ ਸਰਕਾਰ ਨੂੰ ਕੀਤੀ ਗਈ ਅਪੀਲ ਬੱਬੂ ਮਾਨ ਦਾ ਨਵਾਂ ਗੀਤ ਸਿੰਘ ਸੂਰਮੇ ਰਿਲੀਜ਼ ਕਲਾਕਾਰ ਨੇ ਪੋਸਟ ਸਾਂਝੀ ਕਰ ਕੀਤੀ ਬੈਂਤੀ ਚੰਡੀਗੜ੍ਹ ਪਤੀ ਦੀ ਮੌਤ ਤੋਂ ਬਾਅਦ ਮੁਸਲਿਮ ਔਰਤ ਨੂੰ ਵਿਆਹ ਦਾ ਝਾਂਸਾ ਦੇ ਕੇ ਕਰਵਾਈ ਮੈਰਿਜ ਫੋਨ ਉੱਤੇ ਦਿੱਤੇ ਤਿੰਨ ਤਲਾਕ ਸਿੱਖ ਜਥੇਬੰਦੀਆਂ ਦੀ ਅਗਵਾਈ ਹੇਠ ਨੌਜਵਾਨਾਂ ਨੇ ਬੰਦੀ ਸਿੱਖਾਂ ਦੀ ਰਿਹਾਈ ਲਈ ਆਰਥੀ ਫੂਕ ਮਾਰਚ ਕੱਢਿਆ ਲੁਧਿਆਣਾ বাস ਸਟੈਂਡ ਤੇ ਬਾਹਰੋਂ ਆਈ ਯਾਤਰੀ ਤੋਂ ਨਸ਼ੇੜੀਆਂ ਨੇ ਖੋਇਆ ਮੋਬਾਈਲ ਲੋਕਾਂ ਨੇ ਇੱਕ ਨਸ਼ੇੜੀ ਕੀਤਾ ਕਾਬੂ ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਤੇ ਮਾਈਨਿੰਗ ਕਪਲਾ ਕਰਨ ਦੇ ਦੋਸ਼ ਉਧਰ 22 ਫਰਵਰੀ ਤੋਂ ਸ਼ੁਰੂ ਹੋਵੇਗਾ ਜੇਲ੍ਹ ਪਰ ਅੰਦੋਲਨ ਇਮਰਾਨ ਖਾਨ ਅਗਨੀ ਵੀਰਾਂ ਦੀ ਆਨਲਾਈਨ ਰਜਿਸਟ੍ਰੇਸ਼ਨ ਹੋਈ ਸ਼ੁਰੂ ਡੀਸੀ ਰੂਪਨਗਰ ਮਹਾ ਸ਼ਿਵਰਾਤਰੀ 2023 सीएम ਭਗਵੰਤ ਮਾਨ ਨੇ ਮਹਾ ਸ਼ਿਵਰਾਤਰੀ ਮੌਕੇ ਵੱਖ-ਵੱਖ ਸ਼ਕਤੀ ਪੀਠਾਂ ਵਿਖੇ ਟੇਕਿਆ ਮੱਥਾ ਅੰਮ੍ਰਿਤਸਰ ਦੇ ਬੈਂਕ 'ਚ ਲੁੱਟ ਤੋਂ ਬਾਅਦ ਜਲੰਧਰ ਕਮਿਸ਼ਨਰੇਟ ਪੁਲਿਸ ਆਈ ਹਰਕਤ ਦੇ ਵਿੱਚ ਬੈਂਕ ਮੈਨੇਜਰਾਂ ਨਾਲ ਕੀਤੀ ਮੀਟਿੰਗ ਅਮਰਿਤਪਾਲ ਦੀ ਜੱਥੇਬੰਦੀ ਦੇ 2 ਮੈਂਬਰਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਜਲੰਧਰ ਚ ਇਨਸਾਨੀਅਤ ਸ਼ਰਮਸਾਰ ਕੂੜੇ ਦੇ ਢੇਰ ਚੋਂ ਮਿਲਿਆ ਪ੍ਰੂਣ ਵੇਖ ਲੋਕਾਂ ਦੇ ਉੱਡੇ ਹੋਸ਼ ਟੋਹਾਣਾ ਦੇ ਵਿੱਚ ਮਾਸਟਰ ਵੱਲੋਂ ਖੁਦਕੁਸ਼ੀ ਪਤਨੀ ਸਣੇ ਦਰਜਨ ਰਿਸ਼ਤੇਦਾਰਾਂ ਖਿਲਾਫ ਕੇਸ ਦਰਜ ਗੁਰਦਾਸਪੁਰ ਤੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਚੋਰ ਗਿਰੋਹ ਗ੍ਰਿਫਤਾਰ 25 ਦੇ ਕਰੀਬ ਮੋਟਰਸਾਈਕਲ ਹੋਈ ਬਰਾਮਦ ਸੋ ਇਹ ਸਨ ਅੱਜ ਦੀਆਂ ਮੁੱਖ ਹੈਡਲਾਈਨਸ ਐਸੇ ਤਰ੍ਹਾਂ ਚੈਨਲ ਤੇ ਬਣੇ ਰਹੋ ਤਾਂ ਕਿ ਤੁਹਾਨੂੰ ਰੋਜ਼ ਦੀ ਤਰ੍ਹਾਂ ਹੈਡਲਾਈਨਸ ਮਿਲਦੀਆਂ ਰਹਿਣ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ